ਦੋਸਤੋ ਸਲਾਮ ਅਲੈਕਮ। ਤੁਹਾਡਾ ਆਪਣਾ ਸ਼ੌਕਤ ਅਲੀ ਰਾਜਾ ਸਲਾਮਤ ਕਰਦਾ ਔਰ ਮਸ਼ਹੂਰ ਹਾਂ ਅਸੀਂ। ਤੁਸੀਂ ਸਾਨੂੰ ਬੜਾ ਪਿਆਰ ਕਰਦੇ ਪਏ ਹੋ। ਜਿੰਨਾ ਸਾਡੇ ਕੇਸਟ ਸੀਡੀਜ਼ ਆਏ ਤੁਸੀਂ ਸਾਰੇ ਲੋਕਾਂ ਨੇ ਬੜਾ ਪਸੰਦ ਕੀਤਾ ਔਰ ਮਾਸ਼ਾਅੱਲਾ ਅੱਲਾਹ ਦੀ ਜ਼ਾਤ ਨੇ ਇੱਜ਼ਤ ਤੋਂ ਬੜਾ ਨਵਾਜ਼ਿਆ, ਕਿਉਂਕਿ ਤੁਹਾਡੀਆਂ ਦੁਆਵਾਂ ਦੀ ਵਜ੍ਹਾ ਤੋਂ ਹੀ ਔਰ ਉਹ ਜਿੰਨਾ ਤੁਹਾਡਾ ਪਿਆਰ ਹੈ ਸਾਨੂੰ ਅੱਜ ਵੀ ਯਾਦ ਹੈ, ਹੁਣ ਵੀ ਪਿਆਰ ਕਰਦੇ ਹੋ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਪੋਆਮਾਂ 'ਤੇ ਜਾਂਦੇ ਹਾਂ, ਟੀ ਵੀ 'ਤੇ ਜਾਂਦੇ ਹਾਂ, ਥੀਏਟਰ 'ਤੇ ਜਾਂਦੇ ਹਾਂ, ਸ਼ੋਆਂ 'ਤੇ ਜਾਂਦੇ ਹਾਂ, ਤੁਸੀਂ ਸਾਨੂੰ ਪਿਆਰ ਕਰਦੇ ਹੋ। ਅਤੇ ਅਸੀਂ ਅੱਗੇ ਵੀ ਤੁਹਾਡੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਪ੍ਰੋਗਰਾਮਾਂ 'ਤੇ, ਇੰਟਰਵਿਊ 'ਚ। ਬੜਾ ਅੱਛਾ ਚੈਨਲ ਬਣਿਆ ਯੂਟਿਊਬ 'ਤੇ, ਅਸੀਂ ਚੈਨਲ ਬਣਾਇਆ ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ, ਮੇਰਾ ਆਪਣਾ ਮੇਰੇ ਨਾਂ ਤੋਂ ਚੈਨਲ ਬਣਿਆ ਹੋਇਆ ਔਰ ਤੁਸੀਂ ਉਹਨੂੰ ਬੜਾ ਅੱਛੀ ਤਰੀਕੇ ਨਾਲ ਸੁਣਿਆ, ਤੁਸੀਂ ਸੁਣ ਰਹੇ ਹੋ, ਬੜੀ ਇੱਜ਼ਤ ਦੇ ਰਹੇ ਹੋ ਸਾਨੂੰ। ਔਰ ਮੈਂ ਦੋਸਤਾਂ ਨੂੰ ਅੱਗੇ ਵੀ ਦੋ ਤਿੰਨ ਦਫਾ ਸਾਡੀ ਗੱਲਬਾਤ ਹੋਈ ਅਤੇ ਇਹ ਰਿਕੁਐਸਟ ਕੀਤੀ ਕਿ ਸਾਡੇ ਚੈਨਲ ਨੂੰ ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ ਮੇਰਾ ਚੈਨਲ ਹੈ ਔਰ ਉਹਨੂੰ ਸਬਸਕ੍ਰਾਈਬ ਕਰੋ। ਤੁਸੀਂ ਖੁਦ ਵੀ ਕਰੋ, ਆਪਣੇ ਦੋਸਤਾਂ ਨੂੰ ਵੀ ਕਰਕੇ ਦੱਸੋ ਕਿ ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ। ਔਰ ਸਾਡੇ ਨਾਂ ਤੋਂ ਕਈ ਲੋਕਾਂ ਨੇ ਗਲਤ ਚੈਨਲ ਬਣਾਏ ਹੋਏ ਨੇ, ਸਾਡੀਆਂ ਤਸਵੀਰਾਂ ਲਾ ਕੇ, ਸਾਡੇ ਗਾਣੇ ਚਲਾ ਕੇ ਉਹ ਸਾਡੇ ਨਾਂ ਤੋਂ ਉਹਨਾਂ ਚੈਨਲ ਬਣਾਏ ਨੇ। ਹਾਲਾਂ ਉਹ ਗਲਤ ਨੇ, ਉਹ ਫੇਕ ਨੇ। ਮੇਰਾ ਆਪਣਾ ਇੱਕੋ ਹੀ ਚੈਨਲ ਹੈ ਔਰ ਮੈਂ ਤੁਹਾਡੇ ਸਾਹਮਣੇ ਮੌਜੂਦ ਹਾਂ। ਮੇਰਾ ਨਾਂ ਸ਼ੌਕਤ ਅਲੀ ਰਾਜਾ ਸਿੰਗਰ ਹੈ, ਮੈਂ ਹੀ ਸਿੰਗਰ ਹਾਂ, ਮੈਂ ਹੀ ਗਾਣਾ। ਔਰ ਮੇਰੇ ਨਾਂ ਤੋਂ ਗਲਤ ਜਿਹੜੇ ਲੋਕਾਂ ਨੇ ਚੈਨਲ ਬਣਾਏ ਨੇ, ਉਹਨੂੰ ਬਿਲਕੁਲ ਵੀ ਉਹ ਤੁਸੀਂ ਸੁਣਨਾ ਬਿਲਕੁਲ ਬੰਦ ਕਰੋ, ਕਿਉਂਕਿ ਉਹ ਫੇਕ ਨੇ ਔਰ ਅਸੀਂ ਉਹਨਾਂ 'ਤੇ ਅਪਲੋਡ ਵੀਡੀਓ ਨਹੀਂ ਕਰ ਰਹੇ ਜਿਹੜੇ ਲੋਕਾਂ ਨੇ ਚੈਨਲ ਬਣਾਏ ਨੇ ਸਾਡੇ ਨਾਂ 'ਤੇ, ਸਾਰੀਆਂ ਤਸਵੀਰਾਂ ਲਾ ਕੇ। ਮੇਰਾ ਇੱਕੋ ਹੀ ਚੈਨਲ ਹੈ ਯੂਟਿਊਬ 'ਤੇ ਔਰ ਉਹ ਸ਼ੌਕਤ ਅਲੀ ਰਾਜਾ ਦੇ ਨਾਂ ਤੋਂ, ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ ਮੇਰਾ ਆਪਣਾ ਨਾਂ ਦਾ ਚੈਨਲ ਬਣਿਆ ਹੋਇਆ। ਔਰ ਮੈਂ ਤੁਹਾਨੂੰ ਇੱਕ ਗਾਣਾ ਇੱਕ ਬੋਲ ਯਾਦ ਆ ਗਿਆ, ਮੇਰੇ ਦੋਸਤ ਬੜੇ ਮੈਨੂੰ ਫੋਨ ਕਰਕੇ ਕਹਿ ਰਹੇ ਸੀ ਕਿ ਸਾਨੂੰ ਵਿੱਚ ਇੱਕ ਸਤਾਈ ਵੀ ਸੁਣਾਓ ਗਾਣੇ ਅਤੇ ਬੋਲ ਵੀ ਸੁਣਾਓ, ਅਤੇ ਮੈਂ ਤੁਹਾਨੂੰ ਸੁਣਾਉਂਦਾ ਜਾਂਦਾ। ਮਰ ਕੇ ਵੀ ਸੀਨੇ ਲਾਈਆਂ ਚਿੱਠੀਆਂ ਮੈਂ ਤੇਰੀਆਂ, ਆ ਜਾ ਤੂੰ ਉਡੀਕਦੀਆਂ ਤੈਨੂੰ ਅੱਖਾਂ ਮੇਰੀਆਂ, ਜਿਵੇਂ ਅਸੀਂ ਮਰੇ ਹੋਰ ਕੋਈ ਮਰੇਗਾ ਤੇ ਦੱਸੀ, ਉਹ ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ, ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ, ਜਦੋਂ ਤੇਰੇ ਚਾਂਦੀ ਜੈ ਹੋ ਜਾਣੇ ਵਾਲੀ, ਉਹ ਕਿਸੇ ਵੀ ਨਹੀਂ ਪੁੱਛਣਾ ਕਿ ਤੇਰਾ ਹਾਲ ਨੀ, ਕੋਈ ਉਦੋਂ ਦਿਲ ਕਦ ਮੱਚ ਤਰੇਗਾ ਤੇ ਦੱਸੀ, ਤੈਨੂੰ ਸਾਡੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ। ਇਹ ਸਾਡਾ ਬੜਾ ਹਿੱਟ ਗਾਣਾ, ਬਹੁਤ ਅੱਛਾ ਗਾਣਾ, ਤੁਸੀਂ ਪਹਿਲੇ ਵੀ ਸੁਣਿਆ, ਸਾਡਾ ਕੇਸ ਰਿਲੀਜ਼ ਹੋਏ ਉਹਦੇ ਤੁਸੀਂ, ਬੜਾ ਬੜਾ ਸੁਪਰ ਹਿੱਟ ਡੁਪਿਟ ਗਾਣਾ ਹੋਇਆ ਇਹ ਗਾਣਾ। ਮੈਨੂੰ ਹੋਰ ਸਾਹਿਬ ਜੀ ਅਰਸਾਬਾਦ ਤੋਂ ਮੈਨੂੰ ਉਹਨਾਂ ਦੀ ਫਰਮਾਇਸ਼ ਸੀ, ਮੈਂ ਉਹ ਵੀ ਸੁਣਦਾ ਜਿਹੜਾ ਤੁਹਾਨੂੰ, ਉਹ ਸਾਡਾ ਗਾਣਾ 8 ਨੰਬਰ ਦਾ ਗਾਣਾ ਸੀ, ਮੇਰੇ ਖਿਆਲ ਸ਼ਬਾਜ਼ ਅਬਾਸੀ ਸਾਹਿਬ ਦਾ ਲਿਖਿਆ ਗਾਣਾ ਸੀ, ਉਹਨਾਂ ਦੀ ਤਸਵੀਰ ਵੀ ਲੱਗੀ ਹੋਈ ਇਸ ਗਾਣੇ ਦੇ ਉੱਤੇ, ਉਹ ਸ਼ਾਹਿਰ ਨੇ ਸਾਡੇ ਔਰ ਸ਼ੌਕਤ ਅਲੀ ਰਾਜਾ ਤੁਹਾਡੇ ਸਾਹਮਣੇ ਮੌਜੂਦ ਹੈ। ਤੁਹਾਨੂੰ ਇਹਦੀ ਮਸਤਾਈ ਸੁਣਾਉਂਦਾ ਜਾਂਦਾ। ਸੱਜਣ ਸਾਡੇ ਰੋਏ ਰੋਏ ਲੱਗਦੇ ਸੀ, ਸੱਜਣ ਸਾਡੇ ਰੋਏ ਰੋਏ ਲੱਗਦੇ ਸੀ, ਗਲ ਦੇ ਵਿੱਚ ਸੀ ਜ਼ੁਲਫਾਂ ਖੁੱਲੀਆਂ, ਹਵਾ ਦੇ ਵਿੱਚ ਡੁੱਬੀਆਂ ਬੁਲੀਆਂ, ਇੰਜ ਦੇ ਨਿੰਮੋ ਚਾਣੇ ਹੋਏ ਲੱਗਦੇ ਸੀ, ਸੱਜਣ ਸਾਡੇ ਰੋਏ ਰੋਏ ਲੱਗਦੇ ਸੀ, ਨਾਲ ਦੀਵਾਰ ਦੇ ਠੋਵਾਂ ਲਾ ਕੇ ਬੈਠੇ ਮੂੰਹ ਵਿੱਚ ਉਂਗਲੀ ਪਾ ਕੇ, ਖੋਰੇ ਕਿਹੜੀ ਸੋਚ 'ਚ ਖੋਏ ਲੱਗਦੇ ਸੀ, ਸੱਜਣ ਸਾਡੇ ਰੋਏ ਰੋਏ ਲੱਗਦੇ ਸੀ, ਹੋ ਸੱਜਣ ਸਾਡੇ ਰੋਏ ਰੋਏ ਲੱਗਦੇ ਸੀ। ਇਹਦੇ ਨਾਲ ਹੀ ਮੈਂ ਥੋੜ੍ਹਾ ਮਸ਼ਹੂਰ ਹਾਂ ਕਿ ਤੁਸੀਂ ਸਾਡੇ ਇਹ ਗਾਣੇ ਸੁਣ ਰਹੇ ਹੋ, ਸੁਣੇ ਕਾਫੀ, ਤੁਸੀਂ ਬੜਾ ਪਿਆਰ ਕਰਦੇ ਹੋ ਔਰ ਮੈਂ ਆਖਰੀ ਦਫਾ ਇਨਸ਼ਾਅੱਲਾ ਗੱਲਾਂ ਹੁੰਦੀਆਂ ਰਹਿਣਗੀਆਂ। ਸਾਡਾ ਯੂਟਿਊਬ 'ਤੇ ਚੈਨਲ ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ ਮੇਰੇ ਨਾਂ ਦੇ ਮਨਸੂਬ ਹੈ ਔਰ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਸੀਂ ਖੁਦ ਕਰੋ, ਦੋਸਤਾਂ ਨੂੰ ਕਰੋ ਔਰ ਤੁਹਾਡਾ ਪਿਆਰ ਸਾਡੇ ਵਾਸਤੇ ਸਹੀ ਜਿਵੇਂ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਡਾ ਆਪਣਾ ਦੁਆਵਾਂ 'ਚ ਯਾਦ ਰੱਖਣਾ ਸ਼ੌਕਤ ਅਲੀ ਰਾਜਾ।